ਲੋਕਾਂ ਨੂੰ ਗਲਤ ਗੱਲਾਂ ਸਿਖਾਉਣ ਵਾਲੇ ਅਰਵਿੰਦ ਕੇਜਰੀਵਾਲ ਹੁਣ ਖੁਦ ਹੀ ਖਾਮਿਆਜ਼ਾ ਭੁਗਤ ਰਹੇ ਨੇ। ਇਹ ਕਹਿਣਾ ਪੰਜਾਬ ਕੈਬਨਿਟ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ। ਇੰਨਾ ਹੀ ਨਹੀਂ, ਜਦੋਂ ਮਲੂਕਾ ਸਾਹਿਬ ਤੋਂ ਦਿੱਲੀ ਦੇ ਮੁੱਖ ਮੰਤਰੀ ਵੱਲ ਜੁੱਤੀ ਸੁੱਟਣ ਬਾਰੇ ਪ੍ਰਤੀਕਰਮ ਮੰਗਿਆ ਗਿਆ ਤਾਂ ਉਹਨਾਂ ਇਸ ਘਟਨਾ ਦੀ ਨਿਖੇਧੀ ਵੀ ਕੀਤੀ ਅਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਝੂਠੇ ਵਾਅਦੇ ਕਰ ਲਾਰਿਆਂ ਵਾਲੀ ਪਾਰਟੀ ਕਰਾਰ ਦਿੱਤਾ। ਦੇਖੋ, ਜੁੱਤੇ ਵਾਲੀ ਸਿੱਟਣ ਦੀ ਸਿਆਸਤ ਦੇ ਮੈਂ ਖਿਲਾਫ ਹੈਗਾ। ਸਾਡੇ ਮਤਭੇਦ ਕਿਸੇ ਨੇ ਕਿੰਨੇ ਵੀ ਹੋ ਸਕਦੇ ਨੇ, ਵਿਚਾਰ ਨਹੀਂ ਮਿਲਦੇ ਉਹ ਠੀਕ ਹੈ। ਜੁੱਤੀ ਸਿੱਟੀ ਵਾਲਾ ਜਾਂ ਕਿਸੇ ਦੇ ਡਲਾ ਮਾਰਨਾ ਜਾਂ ਕਿਸੇ ਦੇ ਉੱਤੇ ਰੰਗ ਸਿੱਟਣਾ ਜਾਂ ਸ਼ਾਹੀ ਸਿੱਟਣੀ, ਇਹ ਕਲਚਰ ਠੀਕ ਨਹੀਂ ਹੈਗਾ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ। ਬਾਕੀ ਕਿਉਂਕਿ ਕੇਜਰੀਵਾਲ ਸਾਹਿਬ ਹੋਰਾਂ ਨੇ ਆਪ ਹੀ ਲੋਕਾਂ ਨੂੰ ਸਿਖਾਈਆਂ ਇਹ ਗੱਲਾਂ ਸਾਰੀਆਂ, ਆਪ ਹੀ ਉਹ ਗਲਤ ਕੰਮ ਬੱਚਿਆਂ ਨੂੰ ਲੋਕਾਂ ਨੂੰ ਸਿਖਾਉਂਦੇ ਰਹੇ, ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਬਣਾ ਲਈ, ਇੰਨੇ ਸਬਜ਼ ਬਾਗ ਵਿਖਾਏ ਜਿਹੜੇ ਪੂਰੇ ਕਰਨੇ ਸਭ ਵੀ ਨਹੀਂ ਸੀ, ਉਹਦਾ ਖਮਿਆਜ਼ਾ ਹੁਣ ਇਹਨਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਝੂਠ ਦੀ ਦੁਕਾਨ ਬਹੁਤਾ ਚਿਰ ਚੱਲਦੀ ਨਹੀਂ ਹੁੰਦੀ। ਸੋ ਹੁਣ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਨਾਲ ਦੇਣੀਆਂ ਆਉਣਗੀਆਂ, ਕਿਉਂਕਿ ਉਹਨਾਂ ਦੇ ਬੰਦੇ ਹੀ ਆ ਨਾ। ਇਹ ਵੇਖੋ, ਤੁਸੀਂ ਨਵੀਂ ਗੱਲ ਹੈ ਕਿ ਜਿੰਨਾ ਉਹਨਾਂ ਤਾਂ ਹੁਣ ਤਾਂ ਹੀ ਕੀਤਾ, ਚਾਹੇ ਕਿਸੇ ਨੇ ਸ਼ਾਹੀ ਸਿੱਟੀ ਹੈ, ਚਾਹੇ ਕਿਸੇ ਨੇ ਜੁੱਤੀਆਂ ਦੋ ਵਾਰੀ ਚਲਾਈਆਂ, ਚਾਹੇ ਕਿਸੇ ਨੇ ਕੇਜਰੀਵਾਲ ਦੇ ਲੱਪੜ ਮਾਰਿਆ ਸੀ, ਉਹ ਸਾਰੀਆਂ ਹੀ ਉਹਨਾਂ ਦੇ ਵਰਕਰਾਂ ਨੇ ਕੀਤੀਆਂ ਨੇ। ਵਰਕਰ ਮਜੂਸ ਹੋ ਗਏ ਨੇ ਵੀ ਇਹ ਝੂਠ ਬੋਲ ਕੇ ਸਾਥੋਂ ਵੋਟਾਂ ਲੈ ਗਏ ਨੇ, ਕਿਹਾ ਇਹਨਾਂ ਨੇ ਕੁਛ ਹੋਰ ਸੀ, ਕਰੀ ਕੁਛ ਹੋਰ ਜਾਂਦੇ ਨੇ, ਹਰ ਗੱਲ ਉਦੋਂ ਉਲਟ ਕਰ ਰਹੇ ਨੇ। ਬਲਕਿ ਜੋ ਇਹਨਾਂ ਨੇ ਕਿਹਾ ਸੀਗਾ, ਜਿਵੇਂ ਕਿਹਾ ਸੀ ਅਸੀਂ ਸਾਦੇ ਰਵਾਂਗੇ, ਅਸੀਂ ਕੋਠੀਆਂ ਨਹੀਂ ਲਵਾਂਗੇ, ਅਸੀਂ ਕਾਰਾਂ ਨਹੀਂ ਲਵਾਂਗੇ, ਅਸੀਂ ਗਨਮੈਨ ਨਹੀਂ ਲਵਾਂਗੇ, ਅਸੀਂ ਤਨਖਾਹਾਂ ਨਹੀਂ ਵਧਾਵਾਂਗੇ, ਉਦੋਂ ਉਲਟ ਕਰਤਾ ਸਾਰਾ ਕੰਮ। ਸੋ ਵਰਕਰਾਂ 'ਚ ਮਜੂਸਤਾ ਤਾਂ ਆਉਂਦੀ ਹੈ ਹੁਣ ਜਦੋਂ ਇਹੋ ਜਿਹਾ ਗੱਲ ਕਰਦੇ ਨੇ। ਸੋ ਵਰਕਰਾਂ ਦੀ, ਉਹਨਾਂ ਦੇ ਵਰਕਰਾਂ ਦੀ ਨਿਰਾਸ਼ਾ ਕਰਕੇ ਸਾਰਾ ਕੁਛ ਹੋ ਰਿਹਾ।